पहला अपना जदों पुराना बेड़ा हुंदा है ना लकड़ दा, उदों दीआं वीडियो लकड़ दे बेड़े दा बड़ा सिरप आ जांदा है। इन्हें बस कल्ली मशीन जी नंगनी उहदे ते वी डर जा रहना यार, कदी गाड़ियों पानी ना पै जाए, कदी पिछों पानी ना पै जाए, बड़ा सियापा हुंदा है इहदा भरावा। मुड़के हौली हौली चलो डरदे करदे नगा दे लैणी है, जदों बंदे वध रखणे पैंदे हुंदे हुण आ वी इत्थे हुण लद्दी आ, पानी भावें थोड़ा घट ही आ फिर भी डर जा है भी वह फटे बेचारा एक परले बंद की खिंच के खड़न दिया। लकड़ के बेड़े तो बाद उदों सानू बड़ा हुंदा है कभी ट्रैक्टर पानी च डेपना, कभी काहे बंदे डेपना, उदों इहो रंडी रोने रहिंदा हुंदा है। पर मुड़ के अहीं एक थां ते वेख के आए लोहे का बेड़ा, ये अपनियां 2010-11 दीआं वीडियो आ, तो इदा लाना इन्ने इन्ने बंदे पट्टे करने सैट रस्से पाने सारे परिवार के जी हिसाब ना सूली चढ़ा वेचे दे पानी भर जाना हुंदा। लकड़ का बेड़ा थोड़ा त्राए का घट हुंदा मेरे बेड़े भरावा पाप लाना, बाद जी कि वेख के आए फिर उतों बनांदा लिया लोहे का बेड़ा। देख ये अं पेंड ही शैड जी बनाया है अपने ਰੋਟੀਆਂ ਨਾਲੇ ਫੜ ਲਿਆ ਉਹ ਜਿਹੜਾ ਲੱਕੜ ਦਾ ਬੇੜਾ ਹੀ ਉਹ 35 ਫੁੱਟ ਲੰਮਾ ਹੁੰਦਾ ਹੈ ਤੇ 11 ਫੁੱਟ ਚੌੜਾ ਹੁੰਦਾ ਹੈ ਇਹ ਜਿਹੜਾ ਲੋਹੇ ਦਾ ਬੇੜਾ ਇਹਦੇ ਜਾਂ ਮਾਰਾ ਇਹ ਹੀ 35 ਫੁੱਟ ਲੰਮਾ ਇਹ 12 ਫੁੱਟ ਚੌੜਾ ਰੱਖਿਆ ਰਾਤ ਰੂਹ ਦਾ ਬੜਾ ਫਰਕ ਇਹਦੇ ਵੇ
ਨਾਲ ਹੀ ਮਸ਼ੀਨ ਲੱਦੀ ਆ, ਨਾਲ ਹੀ ਕਟਰ, ਨਾਲ ਹੀ ਮੋਟਰਸਾਈਕਲ। ਆਦਰ ਮਾਂ ਨਾ ਖਿੱਚੋ ਦੇ ਚੱਲ ਪਰਲੇ ਬੰਨੇ। ਇਹਦੀ ਇਹ ਮੌਜ, ਇਹਦਾ ਕੋਈ ਡਰ ਨਹੀਂ। ਚਾਰ ਬੰਦੇ ਆਏ, ਮਸ਼ੀਨ ਲੰਘਾਈ ਅਤੇ ਚਲੋ ਜੀ ਚੱਲੀਏ ਦੂਜੇ ਪਾਰ। ਲੱਕੜ ਦੇ ਵਿੜੇ ਦਾ ਬੜਾ ਹੁੰਦਾ ਪਹਿਲਾਂ। ਹੁਣ ਆਏ ਹਰਮਾਨ ਨਾ ਪਾ ਕੇ ਗਾਲ ਦਿੰਦੇ ਟੋਚਣ, ਟਰੈਕਟਰ ਗਾੜੀ ਪਾਲੀ ਦਾ ਮਾੜਾ ਜਿਹਾ। ਇਹਦੇ ਨਾਲ ਕੀ ਹੁੰਦਾ ਵੀ ਬੇੜੀ ਨੂੰ ਆਸਰਾ ਜਿਹਾ ਰਹਿੰਦਾ, ਪਿਛਾਂ ਪਛੂ ਨਹੀਂ ਜਾਂਦਾ। ਲਾ ਕੇ ਗੇਰ ਨਿੱਕਾ ਜਿਹਾ ਲੈ ਕੇ ਬਾਬੇ ਦਾ ਨਾਂ ਦੇ, ਚੱਲ ਮੇਰੇ ਭਾਈ ਬਾਹਰ। ਇਹ ਸਾਡੇ ਗੁਰੂਆ ਭਰੋਸਾ ਹੀ ਬੜਾ ਸੁੱਖ ਬੜਾ ਹੋ ਗਿਆ, ਰੱਬ ਜਿਨ੍ਹਾਂ ਦੇ ਸੁੱਖ ਹੋ ਗਿਆ। ਐ ਨਜ਼ਾਰਿਆਂ ਨਾਲੇ ਟੈਨਸ਼ਨ ਫਰੀ ਹੋ ਗਏ ਜਾਈਦਾ, ਅਤੇ ਆਪਦਾ ਲਾ ਕੇ ਮਸ਼ੀਨ ਪਰਲੇ ਬੰਨੇ ਚੱਲ। ਇਹਦਾ ਬਹੁਤ ਮੌਜ ਆ। ਨਾਲੇ ਬੰਦੇ ਸੋਕੇ ਲੋਹੇ ਦੇ ਫੱਟੇ ਪੱਕੇ ਨਾਲ ਲੱਗੇ ਆ, ਨਾਲੇ ਹੁਣ ਦੂਜੇ ਬੰਨੇ ਨੂੰ ਨਗਾਤੀ ਆ। 15 ਮਿੰਟਾਂ 'ਚ ਪਰਲੇ ਪਾਰ ਲੱਗ ਜਾਂਦੀ। ਹੁਣ ਨਾਲ ਹੀ ਆਪਾਂ ਦੂਜੀ ਮਸ਼ੀਨ ਲੱਦ ਲਈ ਗੁਰਜੀਤ, ਇਹਨੂੰ ਵੀ ਹੁਣ ਲਾ ਕੇ ਦਵਾ ਦੇ ਪਰਲੇ ਬੰਨੇ। ਮਹਾਂ ਇਹਨਾਂ ਇੱਕ ਗੇੜੇ ਨੂੰ ਲਾਉਣ ਲਈ 15-20 ਮਿੰਟ ਦਾ ਸਮਾਂ ਚਾਹੀਦਾ ਜੀ, ਪੂਰਾ ਵਧੀਆ ਹੋਵੇ। ਦੇ 15-20 ਮਿੰਟਾਂ ਦੇ ਵਿੱਚ ਮਸ਼ੀਨ ਜਿਹੜੀ ਆ ਉਹ ਪਰਲੇ ਪਾਰ ਜਾਂ ਜਿੱਧਰ ਵੀ ਖੜਨੀ ਲੈ ਕੇ ਗਾਂਹ ਜਾਈ। ਇਹਦਾ ਇਹੋ ਸੋ ਗਈ ਲੋਹੇ ਦੇ ਬੇੜੇ ਦਾ, ਇਹਦਾ ਬਹੁਤ ਮੌਜ। ਭਾਈ ਰਜਿੰਦਰ ਸਿੰਘ ਵੀ ਬੈਣ ਮੂੰਹ ਤੇ ਸਾਫ ਵਾਲਿਆ, ਗਰਮੀ ਹੁੰਦੀ ਇਹਨਾਂ ਕੁ ਦਿਨਾਂ 'ਚ ਵੈਸੇ ਬੰਦੇ ਅੱਖਾਂ ਜੀਆਂ ਮੀਟਦੇ ਹੁੰਦੇ, ਚੱਲ ਪੇੜਾ ਬੂੜਾ ਚੰਗਾ ਹੋਵੇ ਫਿਰ ਡਰ ਘੱਟ ਨਿਬੜਦਾ। ਨਾਲੇ ਗੁਰੂ ਨਾਨਕ ਲਿਆਉਂਦੀ ਆ ਗੁਰਜੀਤ ਲਾਂ ਦੀ ਪਰਲੇ ਬੰਨੇ, ਹੁਣ ਤੀਜੀ ਮਸ਼ੀਨ ਗੁਰੂ ਨਾਨਕ ਲੈਣ ਦੀ। ਇੱਧਰ ਏਰੀਆ ਕਾਫੀ ਬਣ ਜਾਂਦਾ, ਫਿਰ ਦੋਵੇਂ ਤਿੰਨੇ ਨਗਾ ਦੀਆਂ, ਇੱਕ ਨੂੰ 4x4 ਰੱਖੀ ਦਾ। ਜਿਤਨਾ ਜ਼ਿਆਦਾ ਰੇਤ ਰੂਤ ਵਾਲੇ ਥਾਂ ਨਾ, ਉੱਥੇ ਮੁੜ ਕੇ ਔਖੇ ਹੋ ਜਾਈਦਾ ਰੇਤ ਵਾਲੇ ਥਾਵਾਂ 'ਚ। ਫਿਰ ਉਹ ਮਸ਼ੀਨ 4x4 ਲਾ ਦੇ ਰਿਹਾ ਸਾਰੇ ਦਿਨ, ਚੱਲ ਵੱਡੀ ਫੋਰਮੈਨ ਭਾਅ ਜੀ ਪਿੱਛੋਂ ਧੱਕਾ ਲਾਉਂਦਾ ਹੈ। ਇਹਨਾਂ ਨੂੰ ਹੁੰਦਾ ਨਾ ਵੀ ਅਸੀਂ ਧੱਕਾ ਲਾ ਕੇ ਬਾਹਰ ਕੱਢਦੇ ਨੇ। ਨਾਲੇ ਹੁਣ ਵਿਚਾਰਾ ਲੱਕੜ ਦਾ ਬੇੜਾ ਭੁੰਜੇ ਪਾਣੀ 'ਚ ਡੁੱਬਾ ਪਿਆ। ਲੱਕੜ ਦੇ ਬੇੜੇ ਦਾ ਇਹ ਆ ਵੀ 3 ਕੁ ਸਾਲੀ ਮੁੜ ਕੇ ਖਰਾਬ ਹੋ ਜਾਂਦਾ, ਅਤੇ ਇਹਦਾ ਕਰਕੇ ਨਾ ਇਹ ਕੰਮ ਖਰਾਬ ਹੀ ਰਹਿੰਦਾ। ਇਸੇ ਕਰਕੇ ਮੁੜ ਕੇ ਲੋਹੇ ਦਾ ਆਪਣਾ ਇਹ ਵੇਖੋ ਹੁਣ ਸਾਡਾ ਛਿੰਦਾ ਫੋਰਮੈਨ ਬਹੁਤ ਵਧੀਆ ਬੰਦਾ, ਪਰ ਇੰਨਾ ਕੁ ਦਿਨਾਂ 'ਚ ਇਹ ਵੀ ਆਸਰਾ ਹੀ ਭਾਲਦਾ ਹੁੰਦਾ ਵੀ ਕੋਈ ਨਾ ਕੋਈ ਬੰਦਾ ਮੈਨੂੰ ਚੁੱਕ ਕੇ ਲਈ ਫਿਰੇ। ਖਿੱਚ ਕੇ ਡਾਵੇ ਮਸ਼ੀਨ ਦੇ ਉੱਤੇ ਭਾਰ ਹੀ ਪਾਉਣ ਡਿਆ ਵੱਧ, ਵੀ ਮਸ਼ੀਨ ਮੈਨੂੰ ਖਿੱਚ ਕੇ ਬਾਹਰ ਹੀ ਕੱਢ ਦੇ। ਇਹ ਗੱਲਾਂ ਬਣ ਗਈਆਂ। ਹੁਣ ਆਵੇ ਢਿੱਡ 'ਤੇ ਹੱਥ ਰੱਖ ਲਿਆ, ਕੀ ਕਰੂੰ ਯਾਰ, ਰੋਟੀ ਰਾਟੀ ਵੱਧ ਖਾ ਲੈਂਦੀ ਆ, ਗਰਮੀ ਹੁੰਦੀ ਆ, ਮੁੜ ਕੇ ਖਾਈਆਂ ਮੀਟਦੇ ਆ।